ਅਸਲਾਮ ਅਲੈਕਮ ਜੀ, ਕੀ ਹਾਲ ਹੈ ਸਾਰੇ ਦੋਸਤਾਂ ਵੀਰਾਂ ਦਾ, ਭਰਾਵਾਂ ਦਾ? ਠੀਕ ਠਾਕ ਹੋ ਜੀ? ਖਿਦਮਤ ਦੇ ਮਿਆਰ ਦੇ ਸਾਲਾ ਸਾਲ ਜਿੱਦੀ ਮਲਕ ਦੇ ਨਾਲ ਲਾਈਵ ਜੀ। ਦੋਸਤੋ, ਖਿਦਮਤ ਦਾ ਅਤੇ ਮਿਆਰ ਦਾ ਸਿਲਸਿਲਾ ਜਾਰੀ ਹੋ ਸਾਰੀ ਰਹੇਗਾ ਇਨਸ਼ਾ ਅੱਲਾਹ ਤਾਲਾ, ਜਿੰਝ ਕੇ ਜ਼ਿੰਦਗੀ ਹੈ। ਅਤੇ ਫੈਸਲਾਬਾਦ ਆ ਫਿਰ ਜੀ, ਬਰਡ ਦੀ ਕੁਲੈਕਸ਼ਨ ਤਾਂ ਬਹੁਤ ਸਾਰੀ ਸੀ, ਲੇਕਿਨ ਜਿਹੜੀ ਨਾ ਅਸੀਂ ਪੂਰੇ ਦਿਖਾ ਨਹੀਂ ਸਕਦੇ ਹੁੰਦੇ, ਨਾਲੇ ਪ੍ਰੋਗਰਾਮ ਲੈਂਥੀ ਹੋ ਜਾਂਦਾ, ਫਿਰ ਦੋਸਤ ਜਿਹੜੇ ਨਾ ਉਹ ਡਿਸਟਰਬ ਹੁੰਦੇ ਆ। ਮੈਂ ਨਾ ਫਿਰ ਅੱਜ ਇੱਕ ਚੱਕਰ ਫਿਰ ਦੁਬਾਰਾ ਲਗਾਇਆ ਜੀ ਅੱਜ ਫੈਸਲਾਬਾਦ ਦਾ, ਅਤੇ ਉਹਦੇ 'ਚ ਉਸਤਾਦ ਮੁਹਤਰਮ ਨੇ ਫਰਮਾਇਆ ਸੀ ਕਿ ਕੁਝ ਬਰਡ ਹਾਲੇ ਜਿਨ੍ਹਾਂ ਦਾ ਸ਼ੌਕ ਹੋਣਾ ਜ਼ਰੂਰੀ ਹੈ। ਤਾਂ ਜੋਂਸ ਦੇ ਦਿਖਾਇਆ ਤੁਹਾਨੂੰ, ਟੈਡ ਉਦਨ ਦਿਖਾਏ ਸੀਗੇ, ਨੀਲ ਦੁੰਬੇ ਦਿਖਾਏ ਸੀਗੇ, ਫਿਰ ਤੁਹਾਨੂੰ ਦਿਖਾਏ ਨੇ ਜਨਾਬ ਆਪਣਾ ਚੱਪੜੇ ਦਿਖਾਏ ਨੇ ਤੁਹਾਨੂੰ, ਨਾਲ ਤੁਹਾਨੂੰ ਫਰਾਂਸੀਟ ਫਰਾਂਸੀ ਕਬੂਤਰ ਦਿਖਾਏ ਸਨ। ਲੇਕਿਨ ਤੁਹਾਨੂੰ ਅੱਜ ਫਿਰ ਦੁਬਾਰਾ ਅੱਛਾ ਸ਼ੌਕ ਕਰਵਾਉਂਦੇ ਹਾਂ ਜੀ। ਅੱਜ ਦੁਬਈ ਵਾਲੇ ਜੌਂਸੇ ਦਾ ਤੁਹਾਨੂੰ ਮੈਂ ਪਹਿਲਾਂ ਸ਼ੌਕ ਕਰਵਾਉਣ ਲੱਗਾ ਜੀ। ਤੁਸੀਂ ਪਹਿਲਾਂ ਦੁਬਈ ਵਾਲੇ ਜੌਂਸੇ ਦੇਖੋ ਜੀ, ਅਤੇ ਫਿਰ ਤੁਹਾਨੂੰ ਡੱਬ ਵਾਲੇ ਵੀ ਦਿਖਾਵਾਂਗੇ, ਫਿਰ ਤੁਹਾਨੂੰ ਇੱਕ ਸ਼ੌਕ, ਇੱਕ ਜਾਂ ਦੋ ਸ਼ੌਕ ਤੁਹਾਨੂੰ ਹੋਰ ਕਰਵਾਵਾਂਗੇ ਇਨਸ਼ਾਅੱਲਾ ਤਾਲਾ ਜੀ। ਰਾਣਾ ਅਮਰ ਖੁਰਸ਼ੀਦ ਸਾਹਿਬ ਵੈਲਕਮ ਹੋ ਗਿਆ ਜੀ, ਕਮਾਲੀਏ ਤੋਂ ਜੀ, ਵੈਲਕਮ ਜੀ। ਜੀ ਹਰੂਨ ਮਿਨਾਜ ਸਾਹਿਬ ਵੈਲਕਮ ਹੋ ਗਿਆ ਜੀ, ਕੀ ਹਾਲ ਹੈ ਜੀ? ਅਰਸਲਾਨ ਅਸਲਮ ਸਾਹਿਬ ਵੈਲਕਮ ਹੋ ਗਿਆ ਜੀ, ਕੀ ਹਾਲ ਹੈ ਜੀ? ਅਮਜਦ ਭਾਈ ਵੈਲਕਮ, ਬਾਜਵਾ ਸਾਹਿਬ ਵੈਲਕਮ ਹੋ ਗਿਆ ਜੀ, ਬਾਜਵਾ ਸਾਹਿਬ ਜੀ 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 ਵੈਲਕਮ ਜੀ, ਵੈਲਕਮ ਜੀ ਜੀ, ਵੈਲਕਮ ਹੋ ਗਿਆ ਦੋਸਤਾਂ ਸਾਰਿਆਂ ਨੂੰ ਜੀ। ਲਓ ਜੀ ਦੋਸਤੋ, ਜੁੜ ਜਾਓ ਜੀ, ਅਤੇ ਤਕੜਾ ਸ਼ੌਕ ਦਾ ਆਗਾਜ਼ ਕਰ ਦਿੰਦਾ ਜੀ। ਜੇਦੀ ਮਲਕ ਰਵਾਇਤਨ ਰਾਖੀ ਹਟ ਕੇ ਪ੍ਰੋਗਰਾਮ ਕਰਦਾ ਜੀ, ਕੋਸ਼ਿਸ਼ ਹੁੰਦੀ ਹੈ ਕਿ ਪਹਿਲੇ ਵਰਗਾ ਨਾ ਹੋਵੇ, ਹਰ ਵਾਰੀ ਨਵਾਂ, ਹਰ ਵਾਰੀ ਨਵਾਂ ਜੀ। ਚਲੋ ਜੀ ਫਿਰ ਬਿਸਮਿਲ੍ਲਾ ਜੀ, ਆਗਾਜ਼ ਕਰਦੇ ਹਾਂ ਜੀ। ਲਓ ਜੀ, ਅੱਜ ਤੁਹਾਨੂੰ ਜੀ ਅਸੀਂ ਦਿਖਾ ਰਹੇ ਹਾਂ ਜੀ ਦੁਬਈ ਵਾਲੇ ਟੈਡੀ ਜੀ, ਅਤੇ ਮੇਰਾ ਵੱਡਾ ਭਰਾ ਮਾਸ਼ਾਅੱਲਾ ਜੀ। ਅਸਲਾਮ ਅਲੈਕਮ ਜੀ, ਕੀ ਹਾਲ ਚਾਲ ਆ ਭਰਾ ਜੀ? ਉਸਤਾਦ ਪੱਪੂ ਕਸਾਈ ਫੈਸਲਾਬਾਦ ਦੇ ਨਾਮਵਰ ਕਬੂਤਰ ਪਰਿਵਾਰ ਜੀ, ਕਿਸੇ ਤਰਫ ਦੇ ਮੁਤਾਜ ਨਹੀਂ, ਕਬੂਤਰਾਂ ਦੀ ਕੁਲੈਕਸ਼ਨ ਆ ਜੀ। ਇੱਕ ਅਰਸੇ ਤੋਂ ਸ਼ੌਕ ਦੇ ਵਿੱਚ ਇਕੱਲਾ ਇਹ ਨਹੀਂ ਕਿ ਕਬੂਤਰ ਰੱਖਣੇ ਹੀ ਆ ਅਤੇ ਇਹਨਾਂ ਨੂੰ ਕੁੱਕੜੀਆਂ ਤਰ੍ਹਾਂ ਪਾਲਣਾ, ਨਹੀਂ ਉਡਾਉਣੇ ਵੀ ਆ। ਚੈਂਪੀਅਨ ਨੇ ਇਸ ਟਾਈਮ ਜੀ ਮੌਜੂਦਾ ਅਸੂ ਦਾ ਜੀ, ਅਸੂ ਚੈਂਪੀਅਨ ਹੈ ਜੀ, ਮਾਸ਼ਾਅੱਲਾ ਜੀ। ਸ਼ਦਾਦਾ ਭਾਈ ਦਾ ਬਹੁਤ ਅੱਛੇ ਉਹਨਾਂ ਦੇ ਬਰਡ ਆ ਕੇ ਉੱਡੇ ਸੀ, ਆ ਜਾ ਕੇ ਇਹੀ ਨੇ ਜੀ। ਉਸਤਾਦ ਅਲੀ ਟਰੈਵਲ ਲਾਹੌਰ ਤੋਂ ਜੀ ਵੈਲਕਮ ਹੋ ਗਿਆ ਜੀ। ਅਰ ਸਾਹਿਬ, ਕੀ ਹਾਲ ਚਾਲ ਆ? ਠੀਕ ਹੋ ਜੀ? ਸਰਵ ਕਿਸਾਨਾ ਸਾਹਿਬ ਜੀ ਵੈਲਕਮ ਹੋ ਗਿਆ ਜੀ। ਜੀ ਦੋਸਤੋ, ਜੁੜ ਜਾਓ ਜੀ, ਅਤੇ ਲਾਈਕ ਕਮੈਂਟ ਸ਼ੇਅਰਿੰਗ ਤੁਹਾਡੀ ਮੌਜ ਆ ਜੀ, ਪਾਬੰਦੀ ਕੋਈ ਨਹੀਂ ਹੈ, ਲੇਕਿਨ ਸਾਡਾ ਕੰਮ ਹੈ ਖਿਦਮਤ ਕਰਨੀ, ਅਸੀਂ ਇਨਸ਼ਾਅੱਲਾ ਤਾਲਾ ਕੰਟੀਨਿਊ ਕਰਦੇ ਹਾਂ ਜੀ। ਮੀਆਂ ਕੈਸਰ ਸਾਹਿਬ ਵੈਲਕਮ ਹੋ ਗਿਆ ਜੀ। ਜੀ ਉਸਤਾਦ ਮੋਹਤਰਮ, ਦੋਸਤਾਂ ਦੀ ਬਾਸ਼ਲਾ ਤੁਹਾਡਾ ਜੀ ਤਦਾਦ ਜੀ, ਉਹ ਤੁਹਾਡੇ ਅਤੇ ਸਾਡੇ ਚਾਹਣ ਵਾਲਿਆਂ ਦੀ ਰਿਲੇਸ਼ਨ ਹੋ ਗਈ ਆ ਗਏ ਜੀ, ਮਾਸ਼ਾਅੱਲਾ ਜੀ ਰੌਣਕ ਲੱਗ ਗਈ ਹੈ ਜੀ, ਰੌਣਕ ਲੱਗ ਗਈ ਹੈ ਜੀ। ਜੀ ਫਵਾਦ ਯਾਸੀਨ ਸਾਹਿਬ ਵੈਲਕਮ ਹੋ ਗਿਆ ਜੀ। ਜੀ ਵਾਲੇਕੁਮ ਅਸਲਾਮ ਵਰਹਮਤੁੱਲਾ ਬਰਕਾਤੋ ਜੀ। ਫਵਾਦ ਭਾਈ, ਕੀ ਹਾਲ ਚਾਲ ਹੈ ਜੀ? ਜੀ ਆਗਾਜ਼ ਮੈਂ ਕਰਾਂਗਾ ਜੀ, ਅੱਜ ਤੁਹਾਨੂੰ ਮੈਂ ਇੱਕ ਨਾ ਜੌਂਸੇ ਕਬੂਤਰਾਂ ਦੇ ਹਵਾਲੇ ਦਾ ਵੀ ਅੱਜ ਜ਼ਿਕਰ ਹੋਣਾ ਸੀਗਾ ਜੀ। ਮੈਂ ਆਖਿਆ ਚਲੋ ਯਾਰ ਅੱਛੇ ਬਰਡ ਦਿਖਾਉਣ ਨਾਲ ਕੰਮ ਤੋਂ ਕੰਮ ਇਹ ਤਾਂ ਹੁੰਦਾ ਨਾ, ਦੋਸਤਾਂ ਨੂੰ ਸ਼ੌਕ 'ਚ ਜ਼ੌਕ 'ਚ ਇਜ਼ਾਫਾ ਹੁੰਦਾ ਮਾਸ਼ਾਅੱਲਾ ਜੀ ਸਾਰਾ ਜੀ। ਲਓ ਜੀ, ਇਹ ਪੱਠੇ ਪੱਠੀਆਂ ਜਿਹੜੀਆਂ ਤੁਸੀਂ ਦੇਖਦੇ ਪਏ ਹੋ ਨਾ, ਇਹ ਇੰਨਾ ਵੱਡੇ ਜੋੜਿਆਂ ਦੀਆਂ ਪੱਠੀਆਂ ਪੱਠੀਆਂ ਨੇ ਸਾਰੇ, ਤੁਹਾਨੂੰ ਦੁਬਾਰਾ ਇਹਨਾਂ ਦਾ ਕਰਾਉਂਦੇ ਹਾਂ ਸ਼ੌਕ। ਅਸੀਂ ਆਗਾਜ਼ ਕਰਦੇ ਹਾਂ ਜੀ। ਉਸਤਾਦ ਮੋਹਤਰਮ, ਪਹਿਲਾਂ ਤਾਂ ਸੁਣਾਓ, ਕੀ ਹਾਲ ਤੁਹਾਡਾ ਜੀ? ਅਲਹਮਦੁਲਿਲਾਹ। ਤੁਹਾਡੇ ਵਾਚਿੰਗ ਵੀਵਰਸ ਨੂੰ ਜਨਾਬ ਪਹਿਲਾਂ ਸਲਾਮ ਸੁਣ ਦਾ ਕੋਈ? ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਸਾਥ ਜੀ। ਜੀ ਠੀਕ ਹੋ ਗਿਆ ਸਾਥ ਜੀ? ਬੇਟੇ ਵੱਲੋਂ ਸਲਾਮ ਜੀ। ਠੀਕ ਆ ਜੀ। ਆਦਮ ਭਾਈ ਵੀ ਮਾਸ਼ਾਅੱਲਾ ਸਾਡੇ ਨਾਲ, ਉਸਤਾਦ ਆਦਮ ਜੀ, ਆਦਮ ਸ਼ਬੀਰ ਪੂਰਾ ਨਾਂ ਜੀ, ਅਤੇ ਪੱਪੂ ਭਾਈ ਦੇ ਜੀ ਮਾਸ਼ਾਅੱਲਾ ਬਰਖੁਰਦਾਰ ਨੇ ਜੀ, ਅਤੇ ਉਸਤਾਦ ਸ਼ਦਾਦਾ ਜੀ ਕਸਾਈ ਉਹਨਾਂ ਦੇ 74 ਸ਼ਗਿਰਦ ਨੇ ਜੀ, ਉਹਨਾਂ ਕੋਲ ਉਸਤਾਦੀ ਪੱਗ ਮਾਸ਼ਾਅੱਲਾ, ਘਰ ਵਾਲੇ ਆਪੇ ਉਸਤਾਦੀਆਂ ਵੰਡੀ ਜਾਂਦੇ ਅਤੇ ਲਈ ਜਾਂਦੇ ਫਿਰ ਮਾਸ਼ਾਅੱਲਾ ਜੀ। ਕੀ ਹਾਲ ਆਦਮ ਜੀ? ਤਬੀਅਤਾਂ ਕੈਸੀਆਂ ਨੇ? ਹਾਂਜੀ, ਅਤੇ ਆ ਭਾਈ ਜੀ ਚੰਗੀ ਕਲੈਕਸ਼ਨ ਮਾਸ਼ਾਅੱਲਾ ਤੁਸੀਂ ਇਕੱਠੀ ਕਰ ਲੈਂਦੇ ਹੋ, ਢੇਰ ਲਾਏ ਨੇ ਮਾਸ਼ਾਅੱਲਾ ਮੇਰੇ ਸ਼ਦਾਦੇ ਭਰਾ ਨੇ। ਹਾਂ, ਅਤੇ ਕੀ ਹਾਲ ਚਾਲ ਆ? ਸ਼ੁਕਰ ਅਲਹਮਦੁਲਿਲਾਹ ਯਾਰ। ਆ ਜਿਹੜੇ ਆਪਾਂ ਉਦਨ ਦਿਖਾ ਨਹੀਂ ਸਕੇ ਦੁਬਈ ਵਾਲੇ ਜਿਹੜੇ ਨਾ, ਟਾਈਮ ਕੋਲ ਥੋੜ੍ਹਾ ਮਸਲਾ ਵੀ ਹੁੰਦਾ, ਦੂਜਾ ਦੋਸਤ ਫਿਰ ਲੈਂਥੀ ਜਿਹੜੇ ਹੁੰਦੇ ਨੇ, ਅਤੇ ਫਿਰ ਦੋਸਤ ਜਿਹੜਾ ਨਾ ਉਹ ਡਿਸਟਰਬ ਵੀ ਹੁੰਦੇ ਨੇ ਯਾਰ, ਬਹੁਤ ਲੰਬਾ ਪ੍ਰੋਗਰਾਮ ਦੇਖਿਆ ਨਹੀਂ ਜਾਂਦਾ। ਅਸੀਂ ਫਿਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਲਿੱਪ ਬਣਾ ਕੇ ਨਾ ਛੋਟੇ ਛੋਟੇ ਉਹ ਡਿਸਪਲੇ ਕਰੀਏ। ਬਿਲਕੁਲ। ਅੱਜ ਦਾ ਵੀ ਅਸੀਂ ਆਗਾਜ਼ ਇਹੀ ਕਰਨ ਲੱਗੇ ਹਾਂ ਜੀ, ਅੱਜ ਅਸੀਂ ਦੁਬਈ ਵਾਲੇ ਟੈਡੀ ਕਬੂਤਰਾਂ ਦਾ ਸ਼ੌਕ ਕਰਵਾਉਣ ਲੱਗੇ ਹਾਂ। ਜੌਂਸੇ ਟੈਡੀ, ਜੌਂਸੇ ਟੈਡੀਆਂ ਦਾ ਜੀ। ਇਹ ਆਦਮ ਜੀ ਦੁਬਈ ਵਾਲੇ ਟੈਡੀ ਕਿੱਥੋਂ ਆਏ ਨੇ ਸਰ? ਇਹ ਦੁਬਈ ਵਾਲੇ ਦੁਬਈਓਂ ਆਏ ਸਨ ਜਾਂ ਇੱਥੇ ਇੱਥੇ ਦੁਬਈਓਂ ਆਏ ਸਨ ਅਤੇ ਤੁਹਾਨੂੰ ਅਗਾਂਹ ਮਿਲੇ ਨੇ?
ਮੁੰਡਾ ਦਬਈਓਂ ਲੈ ਕੇ ਆਇਆ ਸੀ ਕਬੂਤਰ ਜੀ ਜੀ ਇਹ ਤੇ ਪਾਕਿਸਤਾਨੋਂ ਹੀ ਹੈ ਨਾ ਹਾਂ ਬੇਸਿਕਲੀ ਕਬੂਤਰ ਤੇ ਇਹੀ ਨੇ ਉਦੋਂ ਕੋ ਫਿਰ ਅਸੀਂ ਲਏ ਸੀ ਅੱਛਾ 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 ਮੈਂ ਤੁਹਾਨੂੰ ਅੱਜ ਇੱਕ ਜੋੜਾ ਜੌਂ ਸਿਰਾ ਦਿਖਾਣਾ ਵਾ ਜੀ ਠੀਕ ਹੋ ਗਿਆ ਔਲਾਦ ਦਿਖਾਵਾਂਗੇ ਕੋ 20 ਕੀ ਪੀਸ ਹੈਗੇ ਆ 20 25 ਮਾਸ਼ਾਅੱਲਾ ਇੱਕ ਜੋੜੇ ਦੇ ਠੀਕ ਹੋ ਗਿਆ ਅੱਛਾ ਜਦੋਂ ਮੈਂ ਲਾਈਵ ਹੋ ਰਿਹਾ ਹੁਣਾ ਮੈਂ ਜਦੋਂ ਲਾਈਵ ਹੋ ਰਿਹਾ ਹੁਣਾ ਤੇ ਉਹਦਾ ਮਤਲਬ ਦੋਸਤ ਦੇਖਦੇ ਨੇ ਕਈ ਕਮੈਂਟ ਕਰਦੇ ਨੇ ਉਹ ਚਾਹੁੰਦੇ ਹੁੰਦੇ ਨੇ ਕਿ ਯਾਰ ਇਹ ਕਿਆ ਆਇਆ ਦਿੰਦੇ ਵੀ ਨੇ ਕਿ ਨਹੀਂ ਦਿੰਦੇ ਮਤਲਬ ਹੁੰਦਾ ਨਾ ਇਦਾਂ ਤੇ ਤੁਸੀਂ ਥੋੜਾ ਦੋਸਤਾਂ ਨੂੰ ਕਲੀਅਰ ਕਰ ਦਿਆ ਕਰੋ ਯਾਰ ਕਿ ਇਹਨਾਂ ਦਾ ਤੁਸੀਂ ਫਰ ਸੇਲ ਵੀ ਕਰਦੇ ਪਏ ਹੋ ਨਾ ਨਾਲ ਜੀ ਮਾਸ਼ਾਅੱਲਾ ਹੁਣ ਸਾਹ ਕੋ ਕਾਫੀ ਤਦਾਦ ਚ ਆ ਹਾਂਜੀ ਅਸੀਂ ਕੀ ਕਰਦੇ ਅਸੀਂ ਲੋਕਾਂ ਦਾ ਸ਼ੌਕ ਕਰਾਈਦਾ ਇੰਨੇ ਜ਼ਿਆਦਾ ਉਹਨਾਂ ਨੂੰ ਅਸੀਂ ਦਾਣਾ ਦੇਣਾ ਅਸੀਂ ਵੀ ਕੀ ਪਾ ਕੇ ਕੀ ਕਰਨਾ ਇਹਨਾਂ ਦਾਣਾ ਹੁਣ ਸਾਡੀ ਕੋਸ਼ਿਸ਼ ਹੁੰਦੀ ਹੈ ਅਗਰ ਕੋਈ ਦੋਸਤ ਮੰਗੇ ਪੱਟੀ ਪੱਠਾ ਹਾਂਜੀ ਦੇ ਦੇਈਦਾ ਕੋਈ ਬੱਚੇ ਮੰਗੇ ਬੱਚੇ ਵੀ ਦੇ ਦੇਈਦੇ ਰੇਟ ਰੂਟ ਵੀ ਤੁਹਾਡਾ ਮناسب ਹੁੰਦਾ ਕਿ ਯਾ ਬਹੁਤਾ ਤੇਜ਼ ਤੇ ਨਹੀਂ ਹੁੰਦਾ ਪੱਠੀ ਪੱਠੇ ਦਾ ਪੱਠੀ ਪੱਠੇ ਵਾਲਾ ਰੇਟ ਲੈ ਲਈਦਾ ਪਿਆਰ ਮੁਹੱਬਤ ਨਾਲ ਯਾਨੀ ਕਿ ਦੋਸਤ ਮਾਯੂਸ ਨਹੀਂ ਜਾਂਦੇ ਤੁਹਾਡੇ ਕੋਲ ਜਦੋਂ ਆਉਂਦੇ ਨੇ ਕੋਸ਼ਿਸ਼ ਕਰੀ ਦੀ ਕਿ ਇੱਕ ਸ਼ੌਕ ਕਰਾ ਦਈਏ ਅਗਲੇ ਸ਼ੌਕ ਹੋ ਜਾ ਯਾ ਬਹੁਤ ਸਾਲਾ ਬਾਤ ਕੀਤੀ ਬਹੁਤ ਸਾਰੇ ਕੋ ਤੁਹਾਨੂੰ ਕਾਫੀ ਆ ਕਿਸੇ ਕੋ ਚੰਗੇ ਜਾਣਗੇ ਤਾਂ ਕੋਈ ਕਹੇਗਾ ਕਿ ਯਾਰ ਉੱਥੋਂ ਚੰਗੇ ਆਏ ਸੀ ਦੋਸਤ ਪੱਠੀ ਪੱਠਾ ਲੈਣਾ ਚਾਹੁੰਦਾ ਤਾਂ ਕੋਈ ਨਹੀਂ ਜੇ ਗੱਲ ਸਾਡੇ ਨਾਲ ਪੱਠੀ ਪੱਠੇ ਦੀ ਕਰੇ ਤੇ ਮੁੜ ਕੇ ਕਹੇ ਮੈਂ ਵੱਡੇ ਲੈਣੇ ਆ ਇਦਾਂ ਇਹ ਭਾ ਗੱਲ ਦੋ ਨੰਬਰੀ ਹੋ ਜਾਂਦੀ ਇਹ ਗੱਲ ਦੋ ਨੰਬਰੀ ਆ ਪੱਠੀ ਪੱਠੇ ਵਿੱਚ ਦੋਸਤ ਮੰਗਦੇ ਆ ਪੱਠੀ ਪੱਠੇ ਦੇਈਦੇ ਆ ਸਾਡਾ ਵੀ ਸ਼ੌਕ ਰਹਿ ਜਾਵੇ ਚਲੋ ਉਹਨਾਂ ਦਾ ਵੀ ਸ਼ੌਕ ਹੋ ਜਾਵੇ अच्छा जी सारे मुस्लिम हूँ असं जरा जी अज दुबई वाले जौनसन का शौक करते हैं जी आदम भाई तो स्टार्ट करिए आदम जी जी कबूतर पहले दिखाओ पहले जी दिखाओ जी सारे मुस्लिम कबूतर हाँ जी सारे ओह ये मेरा फेवरेट है जी दोस्तों थानू मजा आएगा जी देखो रे लाजवाब सॉलिड रिंग जड़े असल च ना सारे मतलब ये है तो बेसिकली टैडी ने ना है ना चोज साहब वाले सही है लो जी ये कुंदे का भी शौक करो मेरे दोस्तों तानू मजा आएगा इंशाल्लाह कुछ झाड़े च ने कबूतर लेकिन मैं तानू इन्हां दियां सलाइयां दिखाना जेडे पर उड़न वाले हुंदे ने वो कैसे ने इन्दे लाग लुक तुसीं चैक करो तानू मजा आएगा आखरी पर दिखा साथ ही देख लैणा हाँ जी बिल्कुल इदां ही साथ वापसी बहुत घट आशा वापसी भी आंदे इना अडारा भी बहुत लम्बी वा जी जी ठीक हो गया ਸਾਹ ਜੀ ਤੁਹਾਡਾ ਕਬੂਤਰ ਹੀ ਬਹੁਤ ਵੱਡਾ ਮਾਸ਼ਾਅੱਲਾ ਹੈ ਇਹਨਾਂ ਦੀ ਔਲਾਦ ਤੁਸੀਂ ਅੱਗੇ ਦੇਖੋਗੇ ਇਹਨਾਂ ਨਾਲੋਂ ਵੀ ਚੰਗੀ ਆ ਵੈਰੀ ਗੁੱਡ ਦਹਾਨੇ ਅਸੀਂ ਸ਼ੌਕ ਕਰਵਾਉਣੇ ਹੋਰ ਅਭੀ ਜੀ ਠੀਕ ਹੈ ਜੀ ਆਹ ਰੱਖੀ ਪਹਿਲਾਂ ਨਾਲ ਮਾਧੀ ਵੀ ਚਲੋ ਆਹ ਭਾਈ ਦੇ ਦੇ ਫਿਰ ਦੋ ਦਹਾਨੇ ਜੀ ਪਹਿਲਾਂ ਮਾਧੀ ਦਾ ਲਈ ਤੁਹਾਨੂੰ ਜੀ ਫਿਰ ਤੁਹਾਨੂੰ ਦੋਵਾਂ ਦਾ ਸ਼ੌਕ ਕਰਵਾਉਣੇ ਜੀ ਇਹ ਦੀ ਮਾਧੀ ਜੀ ਬਖਤ ਪਿਆਰੀ ਅੱਛਾ ਬਖਤ ਪਿਆਰੀ ਹੈ ਜੀ ਹਾਂ ਜੀ ਦਹਾਨੇ ਜੀ ਪਹਿਲਾਂ ਦਾ ਸ਼ੌਕ ਵੀ ਕਰਵਾਉਣੇ ਸਾਹ ਜੀ ਇੱਕ ਮਠਾ ਜੋ ਦਹਾਨੇ ਦਾ ਇਕੱਠੇ ਦਹਾਨੇ ਇਹ ਜੋੜਾ ਇਸ ਤਰ੍ਹਾਂ ਹੀ ਲੱਗਾ ਸਾਡਾ ਇਹਦੀ ਔਲਾਦ ਆ ਔਰ ਬਹੁਤ ਹੀ ਕਮਾਲ ਦਾ ਰਿਜ਼ਲਟ ਆ ਬਹੁਤ ਹੀ ਕਮਾਲ ਦੇ ਬੱਚੇ ਇਹਨਾਂ ਦੇ ਮਾਸ਼ਾਅੱਲਾ ਨਿਕਲਦੇ ਆ ਇਹਨਾਂ ਦੇ ਪੱਠੀਆਂ ਪੱਠੇ ਵੀ ਆਪਣੇ ਕੋਲ ਮੌਜੂਦ ਆ ਅੱਗੇ ਉਹ ਜੋੜੇ ਲੱਗੇ ਆ ਅੱਗੇ ਉਹਨਾਂ ਦੇ ਬੱਚੇ ਪੂਰਾ ਰਿਜ਼ਲਟ ਆ ਵੱਡੇ ਕਬੂਤਰਾਂ ਦਾ ਹਾਂਜੀ ਵੱਡੇ ਅੱਛਾ ਜੀ ਪਰਾਂ ਦਾ ਸ਼ੌਕ ਵੀ ਕਰੋ ਜੀ ਤੁਹਾਨੂੰ ਪਤਾ ਲੱਗੇ ਜਿਹੜੇ ਸਾਰੇ ਲੋਕ ਉਹਨਾਂ ਨੂੰ ਪਤਾ ਨਾ ਕਿ ਆ ਕੀ ਹੈ ਅਸੀਂ ਦਿਖਾ ਰਹੇ ਹਾਂ ਦੇਖ ਬਰੀਕ ਪਰਾਂ ਦੇ ਕਬੂਤਰ ਆ ਪਤਲੇ ਪਰ ਹਾਂ ਜੀ ਕਾਗਜ਼ ਵੀ ਦੇਖੋ ਕਿਹਦਾ ਸ਼ਾਨਦਾਰ ਹੈ ਜੀ ਇਹਦਾ ਕਾਗਜ਼ ਦੇਖੋ ਵੀ ਆ ਆਪਣੀਆਂ ਤੀਲੀਆਂ ਦੇਖੋ ਕਬੂਤਰਾਂ ਦੀਆਂ ਜੀ ਕੀ ਆਸੀਆਂ ਬਰੀਕ ਤੀਲੀਆਂ ਦੇ ਜੀ ਦੇਖੋ ਕਬੂਤਰ ਦੀ ਸਾਹ ਜੀ ਇਕੱਠੇ ਕਰੋ ਹਾਂ ਦੋਵੇਂ ਜਿੱਦਾਂ ਆਪਾਂ ਉਦੋਂ ਦਾ ਇਹਦੇ ਪੰਜੇ ਦਾ ਹੋ ਚਲੋ ਜੀ ਉਹ ਵੀ ਦਹਾਨੇ ਜੀ ਚਲੋ ਚਲੋ ਦੋਵੇਂ ਪੰਜੇ ਦਾ ਹਾਲੋ ਪਹਿਲਾਂ ਜੀ ਲਓ ਜੀ ਇਹ ਬਤਖ ਪਿਆਰੇ ਜੀ ਇੱਕ ਤੇ ਇਹ ਮਾਦੀ ਬਤਖ ਪਿਆਰੀ ਹੈ ਜੀ ਠੀਕ ਹੈ ਜੀ ਮਾਦੀ ਬਤਖ ਪਿਆਰੀ ਹੈ ਜੀ ਤੇ ਇਹ ਸਾਡਾ ਕਬੂਤਰ ਹੈ ਜੀ ਦੋਵਾਂ ਦੇ ਪੰਜੇ ਦੇਖੋ ਜੀ ਪਹਿਲਾਂ ਜੀ ठीक हो गया जी सा जी हूँ इन्हों दोवान दरा के करो जिदा उदन दिखाया से अठे अगे पिछे करके ना ठीक है बस इतने इतने रखो इतने लो जी दोस्तों तानू एरा भी स्वाद आएगा जी ए सा जी रखो रुको थोड़ा उत्तर कर वाह जी शौक करो जी जोड़े का जी ਤੁਹਾਨੂੰ ਮਜ਼ਾ ਆਏਗਾ ਜੀ ਔਰ ਇਹਦਾ ਫੁੱਲ ਵਿਊ ਵੀ ਦੇਖੋ ਇੱਥੇ ਨਾਲ ਜੋੜਿਓ ਇਹ ਦੋਵਾਂ ਕਬੂਤਰਾਂ ਦਾ ਫੁੱਲ ਵਿਊ ਵੀ ਦੇਖ ਲਓ ਨਾਲ ਨਾਲ ਜੁੜ ਕੇ ਪੂਰਾ ਵਿਊ ਦਿਖਾ ਦਿਓ ਮਤਲਬ ਇੱਥੇ ਇੱਥੇ ਨਾਲ ਜਾਣ ਸਾਹ ਜੀ ਇੱਥੇ ਨਾਲ ਕਰਿਓ ਇਹ ਲਓ ਜੀ ਇਹਨਾਂ ਦਾ ਫੁੱਲ ਵਿਊ ਦੇਖੋ ਐਸੇ ਹੀ ਜੋੜੇ ਦੇ ਤੁਹਾਨੂੰ ਅਸੀਂ ਪੱਠੇ ਪੱਠੀਆਂ ਦਿਖਾਵਾਂਗੇ ਇਨਸ਼ਾਅੱਲਾ ਤਾਲਾ ਹੁਣ ਛੱਡੋ ਹਾਲ ਜਾ ਕੇ ਮੈਂ ਆਜ਼ਮ ਜੀ ਦੇਖਾਂ ਭਲਾ ਇਹਨਾਂ ਦਾ ਦੋਸਤਾਂ ਨੂੰ ਦਿਖਾਈਏ ਜੋੜੇ ਦਾ ਸ਼ੌਕ ਵੀ ਕਰਵਾਈਏ ਉਹ 'ਚ ਕਿ ਦੂਜਾ ਪੜੋ ਲਓ ਜੀ ਇਸ ਤੁਹਾਨੂੰ ਵੱਡਾ ਅਸੀਂ ਸ਼ੌਕ ਕਰਵਾਇਆ ਜੀ ਹੁਣ ਜੀ ਇਹ ਜਿਹੜਾ ਇਹ ਵੱਡਾ ਸੀ
ਵੱਡਾ ਜੌਂਸਾ ਜੀ। ਔਰ ਇੱਧਰ ਮਾਦੀ ਸੀ ਜੀ, ਇਹ ਇਹ ਆ ਗਈ ਜੀ ਮਾਦੀ, ਇਹ ਜੀ ਆ ਗਈ ਜੀ ਪਰ ਜੋੜੇ ਵਾਲੀਆਂ, ਇਹ ਵਾਲੀ ਜਿਹੜੀ ਅੱਛਾ 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 ਇਹ ਸੀ ਜੀ ਮਾਦੀ ਜੀ ਪਿਆਰ ਜੁੜਿਆ ਵਾਲੀ ਜੀ, ਬਤਕ ਪਿਆਰੀ ਜਿਹਨੂੰ ਕਹਿੰਦੇ ਜੀ। ਅੱਛਾ ਉਸਤਾਦ ਮੁਹਤਰਮ, ਇਹ ਤੁਸੀਂ ਕਿੰਨੇ ਕੀ ਇੱਥੇ ਆਪਣੇ ਸ਼ਰਾਦੇ ਵਾਲੀ ਛੱਤ 'ਤੇ ਜਾਂ ਆਪਣੇ ਕਿੱਥੇ ਕੀ ਤਕਰੀਬਨ ਉਡਾਏ ਨੇ ਜੀ ਜ਼ਿਆਦਾ ਇਹ ਜਿਹੜੇ? ਇਹ ਸਾਹ ਜੀ ਦੋਸਤਾਂ ਨੂੰ ਦਿੱਤੇ ਆ, ਆ ਵੀ ਉਡਾਏ ਆ, ਘਰ ਛੱਤ ਵੀ ਉਡਾਏ ਆ, ਇੱਥੇ ਵੀ ਉਡਾਏ ਆ, ਛੱਤ ਤੇ ਵੀ ਉਡਾਏ ਆ, ਹੋਰ ਦੋਸਤਾਂ ਨੂੰ ਵੀ ਦਿੱਤੇ ਆ। ਜਿਹੜੇ ਜਿਹੜੇ ਦੋਸਤ ਨੂੰ ਦਿੱਤੇ ਆ ਉਹਨਾਂ ਨੇ ਕਿਹਾ ਸਾਹ ਜੀ ਬਹੁਤ ਅੱਛੇ ਤੁਹਾਡੇ ਆ, ਕੁੱਤਰ ਉੱਡਦੇ ਆ, ਇਸ ਤਰ੍ਹਾਂ ਰੀਜਨਲੀ ਇਸ ਤਰ੍ਹਾਂ ਹੀ ਭੈਣ ਭਰਾ ਲਓ ਜੀ। ਦੁਬਈ ਵਾਲੇ ਟੈਡੀ ਕਹਿ ਲੋ ਜਾਂ ਜੌਂਸਿਆਂ ਦਾ ਸ਼ੌਕ ਕਰਾਉਂਦੇ ਪਏ ਨੇ ਜੀ ਸਾਦ ਪੱਪੂ, ਸਾਦ ਆਜ਼ਮ ਸ਼ਬੀਰ ਜੀ। ਹੁਣ ਦਿਖਾਓ ਜੀ ਇਹਨਾਂ ਦੇ ਪਰ ਦੋਵਾਂ ਦੇ ਜੀ, ਦਿਖਾਓ ਦੋਵਾਂ ਦੇ, ਦੇਖੋ ਅੱਗੇ ਪਾਓ, ਖੋਲੋ ਸਾਹ ਜੀ ਬਰਾਬਰ ਦੋਵਾਂ ਕਰੋ ਜੀ। ਲਓ ਜੀ ਦੋਵਾਂ ਦੇ ਪਰ ਦੇਖੋ ਜੀ, ਅੱਜ ਇਕੱਠਾ ਹੀ ਸ਼ੌਕ ਹੋਏਗਾ ਦੋਵਾਂ ਦਾ ਜੀ। ਆ ਲਓ ਜੀ ਬਿਲਕੁਲ ਕਰੋ ਜੀ, ਮਾਸ਼ਾ ਅੱਲਾ ਜੀ, ਕਿਆ ਬਾਤ ਹੈ ਜੀ, ਕਿਆ ਬਾਤ। ਆਦਮ ਜੀ ਇਹਨਾਂ ਦੇ ਨਾ ਪੰਜੇ ਵੀ ਦਿਖਾਓ ਅਤੇ ਇਹਨਾਂ ਦੇ ਇਕੱਲੇ ਇਕੱਲੇ ਦਾ ਜਿਹੜਾ ਨਾ ਉਹ ਕੁੰਦਾ ਫਿਰ ਦਿਖਾਓ। ਅੱਛਾ ਜੀ, ਇਹਨਾਂ ਦਾ ਮੈਂ ਦੇਖਾਂ ਕਿ ਯਾਰ ਇਹ ਕਿੰਨੇ ਨੰਬਰ ਲਿਖਿਆ ਜੀ ਰਾਜ ਜੀ? ਇਹ ਜੀ ਸਾਡੇ 18 ਨੰਬਰ ਆ ਜੋੜਾ। ਅੱਛਾ ਜੀ ਜੋੜਾ 18 ਨੰਬਰ ਜੀ, ਦੁਬਈ ਵਾਲੇ ਟੈਡੀ, ਦੁਬਈ ਵਾਲੇ ਟੈਡੀ, ਠੀਕ ਹੈ ਜੀ। ਦਿਖਾਓ ਜੀ ਸਾਦ ਮੋਹਤਰਮ, ਨਾਲ ਲਾਓ, ਹਾਂ ਇਹਦੇ ਨਾਲ ਲਾਓ, ਇਹ ਇੱਥੇ ਲਾ ਦਿਓ, ਹਾਂ ਲਾਓ ਜੀ ਦੋਵਾਂ ਦਾ ਸ਼ੌਕ ਕਰੋ ਜੀ। ਇਹ ਮੈਂ ਇੱਦਾਂ ਕਰ ਦਿੰਦਾ ਲੈਂਡਸਕੇਪ, ਹੈਲੋ ਕਿਆ ਬਾਤ ਹੈ ਜੀ, ਮਾਸ਼ਾ ਬਹੁਤ ਆਲਾ ਜੀ, ਮਜ਼ਾ ਆਇਆ ਜੀ, ਮਜ਼ਾ ਆਇਆ। ਇਹ ਆਜ਼ਮ ਜੀ ਆਹ ਵਾਹ ਜੀ ਵਾਹ, ਪੂਰਾ ਕੁੰਦਾ ਖੋਲ ਜਾ, ਆਜ਼ਮ ਦੋਨਾਂ ਪਾ ਲੱਗੇਗਾ ਜੀ। ਦੋ ਸੌ ਦੇਖੋ ਜੀ, ਪਰ ਇਹਦੇ ਸੱਚ ਮਕਸਦ ਦਿਖਾਉਂਦਾ ਸਿਲਾਈ ਹੈ ਕਿ ਸਿਲਾਈ ਕੈਸੀ ਹੈ ਜੀ, ਬਰੀਕ ਹੈ, ਤੀਲੀ ਕੈਸੀ ਹੈ, ਦੇਖੋ ਕਾਗਜ਼ ਕੈਸਾ ਹੋ ਰਿਹਾ, ਠੀਕ ਹੈ ਜੀ। ਇਹ ਆਹ ਵੀ ਦੇਖੋ ਜੀ ਸਾਦਾ ਲਓ ਜੀ, ਆਹ ਦੋਵਾਂ ਇਕੱਠੇ ਹੁੰਦਾ ਜੀ, ਹਾਂ ਸ਼ੌਕ ਕੁਛ ਕਰਦੇ ਪਿਆ ਜੀ, ਠੀਕ ਹੋ ਗਿਆ ਜੀ। ਦਿਖਾਓ ਜੀ ਛੋਟੋ ਜੀ, ਇਹ ਆਹ ਲਓ ਜੀ ਇੱਕ ਇਹ ਪੱਠੀ ਪੱਠੇ ਦਾ ਸ਼ੌਕ ਕੀਤਾ ਜੀ, ਇਹ ਪੱਠਾ ਜੀ ਇਹ ਵਾਲਾ, ਔਰ ਇਹ ਗਈ ਜੀ ਔਰ ਨਾਲ ਮਾਦੀ ਜੀ। ਤੈਨੂੰ ਭੁੱਲ ਜਾਣੇ, ਭੁੱਲ ਜਾਣੀ ਮੈਂ, ਕਿ ਮਾਦੀ ਕਿੱਥੇ ਗਈ ਹੈ ਜੀ? ਇੱਕੋ ਤਰ੍ਹਾਂ ਦੇ ਸਾਰੇ, ਹਾਂਜੀ ਇਹ ਤਾਂ ਨਹੀਂ ਮਾਦੀ ਨਾਲ, ਸਾਨੂੰ ਵੀ ਨਹੀਂ ਪਤਾ ਲੱਗਦਾ। ਹੁਣ ਜੀ ਕੁਝ ਦੋਸਤਾਂ ਦਾ ਥੋੜ੍ਹਾ ਜ਼ਿਕਰ ਕਰ ਲਈਏ ਨਾਲ ਵਿੱਚ, ਹੈ ਜੀ ਜਿਹੜੇ ਸਾਨੂੰ ਤੁਹਾਡੇ ਵਾਚਿੰਗ ਵਿਊਵਰ ਜਿਹੜੇ ਆ ਰਹੇ ਨੇ। ਲਓ ਜੀ ਮੇਰੀ ਜਾਨ ਦਿਓ ਟੋਟਿਓ, ਹੁਣ ਸਾਡੇ ਨਾਲ ਜੀ ਪਿਆਰੇ ਪਿਆਰੇ ਲੋਕ ਜਿਹੜੇ ਰਲੇ ਨੇ ਜੀ, ਉਸਤਾਦ ਅਲੀ ਹਸਨ ਜੀ ਸਾਡੇ ਨਾਲ ਮਰੀਦਕੇ ਤੋਂ ਆਏ ਨੇ ਜੀ, ਚੌਧਰੀ ਇਮਰਾਨ ਗੁੱਜਰ ਸਾਹਿਬ ਸਾਡੇ ਨਾਲ ਆਏ ਨੇ ਜੀ, ਜੀ ਗੁਲਾਮ ਅਬਾਸ ਸਾਹਿਬ ਸਾਡੇ ਨਾਲ ਆਏ ਨੇ ਜੀ, ਆਜ਼ਮ ਬਿਲਾਲ ਸਾਹਿਬ ਸਾਡੇ ਨਾਲ ਆਏ ਨੇ ਜੀ ਲਲਿਆਣੀ ਤੋਂ ਜੀ, ਸੱਕ ਬਾਬਾ ਸਾਹਿਬ ਕਰਾਚੀ ਤੋਂ ਆਏ ਨੇ ਜੀ। ਉਸਤਾਦ ਆਜ਼ਮ ਸ਼ਬੀਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਵਾਚਿੰਗ ਅਤੇ ਨਾਲ ਮੇਰੀ ਸ਼ੇਅਰਿੰਗ ਨਾਲ ਹੀ ਕਰਦੇ ਹੁੰਦੇ ਹੋ ਜੀ। ਉਸਤਾਦ ਯਹੀਆ ਸਾਡੇ ਨਾਲ ਆਇਆ ਜੀ, ਮਨਸੂਰ ਅਹਿਮਦ ਸਾਡੇ ਨਾਲ ਆਏ ਨੇ ਜੀ, ਕਾਸ਼ਫ ਸ਼ਕੂਰ ਕਿਆਨੀ ਯੂਕੇ ਤੋਂ ਸਾਡੇ ਨਾਲ ਆਏ ਨੇ, ਲਾਲਾ ਅਬਦੁਲ ਮਾਜਦ ਅਵਾਨ ਸਾਹਿਬ ਤੁਹਾਡੇ ਨਾਲ ਆਏ ਨੇ ਜੀ, ਯਾਨੀ ਕਿ ਸਾਡੇ ਨਾਲ ਪੂਰੇ ਪਾਕਿਸਤਾਨ ਦੀ ਇੱਕ ਤਦਾਦ ਸਾਡੇ ਨਾਲ ਰਲੀ ਹੋਈ ਹੈ ਜੀ, ਜਿਹੜੀ ਸਾਨੂੰ ਵਾਚਿੰਗ ਵਿਊਵਰ ਸਾਡੇ ਨਾਲ ਆਏ, ਜਿਹੜੇ ਸਾਡੇ ਨਾਲ ਹੁੰਦੇ ਨੇ, ਸਾਡਾ ਸ਼ੌਕ ਕਰ, ਸਾਡਾ ਸ਼ੌਕ ਕਰਦੇ ਪਏ ਨਾਲ ਸਾਰੇ, ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਜੀ ਆਜ਼ਮ ਭਾਈ ਜੀ ਠੀਕ ਹੋ ਗਿਆ ਜੀ, ਜੀ ਠੀਕ ਹੋ ਗਿਆ, ਹੁਣ ਫਿਰ ਜਾਓ ਸਿਰ ਅਗਲਾ ਪੱਠੀ ਪੱਠਾ ਤੁਹਾਨੂੰ ਦਿਖਾਵਾਂਗਾ ਉਸ ਜੋੜੇ ਦਾ, ਇਹ ਅਗਲਾ ਜੋੜਾ ਪੱਠਾ ਪੱਠੀ ਦਾ, ਹਾਂਜੀ ਉਸੇ ਦਾ ਹੀ। ਲਓ ਜੀ ਸਾਜਿਦ ਕਰੋ ਕਿ ਦੋਨੋਂ ਇਕੱਠੇ ਕਰੋ, ਇੱਕੋ ਦਫਾ ਇਹਨਾਂ ਦੀ ਆਖੇ ਇਹ ਵੀ ਸਾਡਾ ਸਟਾਈਲ ਨਵਾਂ ਹੀ ਹੋਇਆ ਜੀ ਅੱਜ, ਇਹ ਅਸੀਂ ਇਹਨਾਂ ਨੂੰ ਨਵੇਂ ਸਟਾਈਲ ਦੇ ਨਾਲ ਸ਼ੌਕ ਕਰਵਾਈਏ ਜੀ ਅੱਜ। ਇਹ ਆ ਲਓ ਸਰ, ਲਓ ਸਰ, ਲਓ ਸਰ, ਲਓ ਜੀ ਸਰ, ਠੀਕ ਹੋ ਗਿਆ ਜੀ। ਲਓ ਜੀ ਇਹਦਾ ਫੁੱਲ ਪਿਲਾ ਦਿਖਾ ਲਈਏ, ਹਾਂ ਠੀਕ, ਕੁੰਦਾ ਖੋਲੋ। ਲਓ ਜੀ ਆਹ ਕੁੰਦਾ ਹੋ ਗਿਆ ਜੀ, ਦੇਖੋ ਜੀ ਕੁੰਦਾ ਕਿੱਥੇ ਤੱਕ ਹੈ। ਸਾਹ ਜੀ ਤੁਸੀਂ ਵੀ ਦਿਖਾਓ ਨਾਲ ਹੀ ਕੁੰਦਾ ਹੈਗਾ ਜੀ, ਇਕੱਠੇ ਦੋਵੇਂ ਇਕੱਠੇ ਕਰੋ। ਇਹ ਲਓ ਜੀ ਦੋਵੇਂ ਡਬਲ ਕੁੰਦਾ ਦੇਖੋ ਜੀ, ਆਹ ਜੋੜਾ ਲੱਗਾ ਜੀ ਇੱਦਾਂ ਜੀ, ਪੱਠੀਆਂ ਪੱਠੀਆਂ ਭਰਾ ਆਈ ਆ, ਮਾਸ਼ਾ ਅੱਲਾ ਜੀ ਮਾਸ਼ਾ, ਅੱਗੇ ਵੀ ਜਿਹੜਾ ਦਿਖਾਇਆ ਉਹ ਵੀ ਭੈਣ ਭਰਾ, ਅਤੇ ਵੱਡੇ ਜੋੜੇ ਦੀ ਲਾ ਰਹੀ ਆ ਸਾਰੀ, ਕਿਆ ਬਾਤ ਹੈ ਜੀ ਮਾਸ਼ਾ ਅੱਲਾ ਜੀ। ਸਾਡੇ ਕੋਲ 35-40 ਆ ਸਾਹ ਜੀ, ਠੀਕ ਹੋ ਗਿਆ,
ਆਦਮ ਸਾਡਾ ਥਾਂ ਚੁੱਕ ਥੋੜ੍ਹਾ ਪਤਾ ਲੱਗ ਗਿਆ ਅਸਲ 'ਚ ਘਬਰਾ ਜਾਂਦੇ ਨੇ ਨਾਲ ਥੱਲੇ ਅੱਛਾ ਇਹ ਤਵਾਂ ਥੱਲੇ ਕਰਨ ਦੇ ਡਰਦੇ ਯਾਰ ਪੜਦੇ ਨੇ ਨਾ ਆ ਲਾ ਗਏ ਛੱਡੋ ਹਾਂਜੀ ਜੀ ਦੋਸਤੋ ਮਜ਼ਾ ਆ ਰਿਹਾ ਕਿ ਨਹੀਂ ਆ ਰਿਹਾ ਜੀ ਫਿਰ ਨਵਾਂ ਸ਼ੌਕ ਅਤੇ ਨਵਾਂ ਅੰਦਾਜ਼ ਜ਼ਰਾ ਹਟ ਕੇ ਹੈ ਜੀ ਅੱਜ ਤੁਹਾਨੂੰ ਇਨਸ਼ਾਅੱਲਾ ਤਾਲਾ ਬਹੁਤ ਤਕੜਾ ਸ਼ੌਕ ਕਰਵਾਉਣਾ ਕੁਝ ਦੋਸਤਾਂ ਦੀ ਕਾਲਾਂ ਆ ਰਹੀਆਂ ਵਿੱਚ ਲਾਈਵ 'ਚ ਮੈਂ ਥੋੜ੍ਹਾ ਲਾਈਵ ਹਾਂ ਇਨਸ਼ਾਅੱਲਾ ਉਸ ਤੋਂ ਬਾਅਦ ਮੈਂ ਤੁਹਾਨੂੰ ਕਾਲ ਦਾ ਆਪ ਜਵਾਬ ਦੇਵਾਂਗਾ ਇਨਸ਼ਾਅੱਲਾ ਤਾਲਾ ਤੁਹਾਡਾ ਬਹੁਤ ਸ਼ੁਕਰੀਆ ਜੀ ਲਓ ਜੀ ਅਸੀਂ ਆਓ ਜੀ ਆਓ ਸਰ ਅਸੀਂ ਫਿਰ ਇਹਨੂੰ ਦੁਬਾਰਾ ਜੀ ਲੈਂਦੇ ਹਾਂ ਜੀ ਠੀਕ ਹੈ ਜੀ ਜੀ ਉਸਤਾਦ ਮਕਬੂਰ ਰਾਣਾ ਸਾਹਿਬ ਸਾਡਾ ਕਰਾਚੀ ਤੋਂ ਆਇਆ ਨੇ ਜੀ ਵੈਲਕਮ ਹੋ ਗਿਆ ਜੀ ਬਹੁਤ ਸ਼ੁਕਰੀਆ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ ਸ਼ਾਹਦ ਅਰਸ਼ਾਦ ਸਾਹਿਬ ਵੈਲਕਮ ਹੋ ਗਿਆ ਜੀ ਕੀ ਹਾਲ ਚਾਲ ਹੈ ਜੀ ਜੀ ਪੱਪੂ ਪਿਜਨ ਜੀ ਵੈਲਕਮ ਹੋ ਗਿਆ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਜੀ ਫਿਰ ਆਗਾਜ਼ ਕਰਦੇ ਹਾਂ ਜਨਾਬ ਜੀ ਉਸਤਾਦ ਮੁਹਤਰਮ ਹੁਣ ਦੱਸੋ ਇਹ ਕਿਹੜਾ ਜੀ ਅੱਛਾ ਇਹ ਵੀ ਪੱਠੀ ਪੱਠਾ ਉਹੀ ਹੈ ਲਓ ਜੀ ਆ ਲਓ ਮੇਰੀ ਜਾਨ ਦੇ ਟੋਟੇ ਹੋਏ ਇਹਦਾ ਸ਼ੌਕ ਕਰੋ ਜੀ ਦੋਵਾਂ ਲੱਖ ਦਾ ਪਹਿਲਾਂ ਜੀ ਇੱਕੋ ਸਟਾਇਲ ਰੱਖੋ ਜੀ ਇਹ ਮਾਸ਼ਾਅੱਲਾ ਵਾਹ ਜੀ ਵਾਹ ਕਿਆ ਬਾਤ ਵਾਹ ਵਾਹ ਜੀ ਵਾਹ ਆਦਮ ਜੀ ਆਹ ਸਟਾਈਲ ਬਹੁਤ ਸੋਹਣਾ ਲੱਗਦਾ ਜੀ ਹਾਂਜੀ ਇਨਸ਼ਾਅੱਲਾ ਤਾਲਾ ਸਗੇ ਭੈਣ ਭਰਾ ਦਿਖਾ ਰਹੇ ਜੀ ਆਹ ਵਾਹ ਜੀ ਵਾਹ ਕਿਆ ਬਾਤ ਮਜ਼ਾ ਆ ਗਿਆ ਜੀ ਕਿਆ ਬਾਤ ਡਬਲ ਕੁੰਦਾ ਦੇਖੋ ਸਰ ਦੇਖੋ ਜੀ ਤੁਹਾਨੂੰ ਮਜ਼ਾ ਆਏਗਾ ਜੀ ਭਾਰ ਰੁਕਣਾ ਲੱਗ ਗਈ ਉਹਦੇ ਹਲਾ ਨਾਲ ਰੁਕਦੇ ਨਾਲ ਰੁਕਦੇ ਪਾਸੇ ਫਿਰ ਰੁਕਦੇ ਪਾਸੇ ਠੀਕ ਹੋ ਗਿਆ ਜੀ ਚਲੋ ਜੀ ਇਹਨਾਂ ਦਾ ਹੁਣ ਦਿਖਾਓ ਜੀ ਇਹਨਾਂ ਦੇ ਪੰਜੇ ਵੀ ਦੋਵੇਂ ਦਿਖਾਓ ਜੀ ਪੰਜੇ ਕੈਸੇ ਇਹਨਾਂ ਦੇ ਜੀ ਕੈਸੇ ਡਾਲੇ ਨੇ ਜੀ ਇਹ ਆ ਲਓ ਜੀ ਇੱਕ ਨੰਬਰ ਜੋੜਾ ਜੀ ਇਹਦਾ ਜੀ ਇਹ ਇੱਕੋ ਹੀ ਨੰਬਰ ਹੈ ਨਾ ਸਾਰਿਆਂ ਦਾ ਇਹ 18 ਨੰਬਰ ਜੋੜਾ ਵਾ ਵੱਡਾ ਉਹਦੇ ਹੀ ਲਾਦਾ ਕਿਉਂ ਠੀਕ ਹੋ ਗਿਆ ਠੀਕ ਹੋ ਗਿਆ ਸਾਰੇ 18 ਨੰਬਰ ਆ ਲਾ ਜੀ ਠੀਕ ਹੋ ਗਿਆ ਹਾਂਜੀ ਲਓ ਜੀ ਦੁਬਈ ਵਾਲੇ ਟੈਡੀ ਕਹਿ ਲਓ ਦੁਬਈ ਵਾਲੇ ਜੌਂਸੇ ਕਹਿ ਲਓ ਜੀ ਜੌਂਸੇ ਦੁਬਈ ਵਾਲੇ ਜੀ ਮਾਸ਼ਾਅੱਲਾ ਜੀ ਕਿਆ ਬਾਤ ਹੋ ਗਈ ਲਓ ਜੀ ਫੈਸਲਾਬਾਦ ਦੀ ਸ਼ਾਨ ਜੀ ਫੈਸਲਾਬਾਦ ਦੀ ਪਛਾਣ ਜੀ ਬਹੁਤ ਹੀ ਵੱਡੇ ਪਲੇਅਰ ਮਾਸ਼ਾਅੱਲਾ ਸੁਪਰ ਪਲੇਅਰ ਮੇਰੀ ਜਾਨ ਜਨਾਬ ਹਾਫਿਜ਼ ਜਵੇਦ ਡੌਨ ਹਾਂਜੀ ਉਸਤਾਦਾਂ ਦੇ ਉਸਤਾਦ ਜਨਾਬ ਹਾਂਜੀ ਕੀ ਹਾਲ ਚਾਲ ਹੈ ਉਸਤਾਦ ਮੁਹਤਰਮ ਠੀਕ ਠਾਕ ਵਧਾ ਦੀ ਹੋ ਅਸੀਂ ਬਹੁਤ ਬਹੁਤ ਦੂਰ ਸ਼ੌਕ ਕਰਨ ਜਾਂਦਾ ਅਸੀਂ ਸਾਹ ਰਾਂਦਾ ਵਾ ਦਿੱਤੀ ਹੈ ਕਿ ਸਾਡੇ ਸ਼ੌਕ ਕਰੋ ਆ ਕੇ ਸਾਹ ਵਧੀ ਜਾਂਦੇ ਨਹੀਂ ਪਤਾ ਨਹੀਂ ਕੀ ਕਰ ਲਾ ਸਾਹ ਤੇਰਾ ਲੱਗਦਾ ਲੜਿਆ ਤੇਰੇ ਨਾਲ ਹੈ ਉਸਤਾਦ ਸਹੀ ਹੋ ਗਿਆ ਛੇੜਦਾ ਪਿਆ ਜੀ ਛੇੜਦਾ ਪਿਆ ਸਾਡਾ ਭਾਈ ਆ ਠੀਕ ਹੋ ਗਿਆ ਜੀ ਲਓ ਜੀ ਹਾਫਿਜ਼ ਜਵੇਦ ਡੌਨ ਜੀ ਪੂਰੇ ਪਾਕਿਸਤਾਨ 'ਚ ਮਾਸ਼ਾਅੱਲਾ ਮੇਰੇ ਭਰਾ ਨੂੰ ਜੀ ਲੋਕ ਜਾਣਦੇ ਨੇ ਪਛਾਣਦੇ ਨੇ ਲੋਕ ਉਹਨਾਂ ਨਾਲ ਮੁਹੱਬਤ ਕਰਦੇ ਆ ਜੀ ਬੜੀ ਬਾਤ ਹੁੰਦੀ ਸਲਾਮ ਕਹਿ ਰਿਹਾ ਜੀ ਹਾਫਿਜ਼ ਸਾਹਿਬ ਜੀ ਅਤੇ ਤੁਹਾਡਾ ਵਾਹਲਕ ਸਲਾਮ ਵੀ ਇਸਦਾ ਜਵਾਬ ਵੀ ਨਾਲ ਦੇ ਰਿਹਾ ਜੀ ਜੀ ਮੈਂ ਕੁਰਬਾਨ ਜਾਵਾਂ ਜੀ ਆਪਣੇ ਵੀਰ 'ਤੇ ਜੀ ਲਓ ਜੀ ਦੋਸਤੋ ਹੁਣ ਮੈਂ ਤੁਹਾਨੂੰ ਜਿਹੜਾ ਇਹਨਾਂ ਦੇ ਸਾਰੇ ਪੱਠੇ ਪੱਠੇ ਦੇ ਪਲੱਸ ਜੋੜੇ ਇਹ ਵਾਲਾ ਲਓ ਜੀ ਇਹਦਾ ਸ਼ੌਕ ਵੀ ਕਰਾਓ ਜੀ ਹਾਂ ਇਹ ਵੈਸੇ ਵੀ ਦਿਖਾਵਾਂਗੇ ਠੀਕ ਹੈ ਨੀਚੋ ਆਇਆ ਵਾ ਇਹ ਉੱਪਰ ਰਹਿਣ ਦਿਓ ਫਿਰ ਇੱਕ ਮਿੰਟ ਆ ਜਾ ਦੋ ਮਿੰਟ ਦਿਖਾਈਏ ਸਰ ਲਓ ਜੀ ਪਿਆਰਿਓ ਮੈਂ ਨਾ ਜੀ ਹੁਣ ਤੁਹਾਨੂੰ ਇਹਨਾਂ ਦੇ ਪੱਠੇ ਪੱਠੀਆਂ ਜਿਹੜੀਆਂ ਨਾ ਇਹ ਲਓ ਇਹ ਆ ਲਓ ਜੀ ਇਹ ਪੱਠੇ ਪੱਠੀਆਂ ਦਾ ਸ਼ੌਕ ਕਰੋ ਜੀ ਸਾਰਿਆਂ ਦਾ ਜੀ ਇਹ ਇੱਕ ਤੋਂ ਇੱਕ ਮਾਸ਼ਾਅੱਲਾ ਜੀ ਕਿਆ ਬਾਤ ਹੈ ਜੀ ਆਦਮ ਜੀ ਮਜ਼ਾ ਆ ਗਿਆ ਜੀ ਮਾਸ਼ਾਅੱਲਾ ਠੀਕ ਹੈ ਜੀ ਇੱਕ ਕੁਆਂਟਿਟੀ ਹੈ ਜੀ ਮਾਸ਼ਾਅੱਲਾ ਜੀ ਆ ਜੀ ਸਾਰੇ ਇੱਕੋ ਲਾ ਦਾ ਜੀ ਹਾਂਜੀ ਹਾਂਜੀ ਸਹੀ ਹੋ ਗਿਆ ਹਾਂ ਠੀਕ ਹੋ ਗਿਆ ਇਹ ਲਓ ਜੀ ਹੁਣ ਤੁਸੀਂ ਦੇਖੋ ਸਾਰੇ ਟੋਟਲ ਜੀ ਇਹ ਮੈਂ ਲੈਂਡਸਕੇਪ ਕਰ ਲਿਆ ਜੀ ਆ ਲਓ ਜੀ ਤੁਹਾਨੂੰ ਮਜ਼ਾ ਆਏਗਾ ਜੀ ਠੀਕ ਹੋ ਗਿਆ ਜੀ ਇਹ ਸਾਰੇ ਇੱਕ ਹੀ ਹੈ ਜੀ ਲਓ ਜੀ ਫਿਰ ਅੱਲਾ ਖਾ ਕਰੇ ਫਿਰ ਤੁਹਾਨੂੰ ਦੁਬਾਰਾ ਨਵਾਂ ਸ਼ੌਕ ਕਰਵਾਉਂਦੇ ਜੀ ਇਸ ਤੋਂ ਬਾਅਦ ਜੀ